ਨੰਬਰ 3 ਤੇ ਕੁਐਸਚਨ ਦੀ ਸਟੇਟਮੈਂਟ ਇਸ ਤਰ੍ਹਾਂ ਦੀ ਪ੍ਰਸ਼ਨ ਨੰਬਰ 2 ਦੇ ਵਿੱਚ ਦਿੱਤੀਆਂ ਸਾਰੀਆਂ ਸਥਿਤੀਆਂ ਨੂੰ ਸੰਪੂਰਨ ਸੰਖਿਆਵਾਂ ਦੇ ਨਾਲ ਦਰਸਾਓ ਤੇ ਇਹ ਪ੍ਰਸ਼ਨ ਨੰਬਰ 2 ਹੈ ਜੀ ਪ੍ਰਸ਼ਨ ਨੰਬਰ 2 ਦੇ ਵਿੱਚ ਜੋ ਵੀ ਆਪਾਂ ਨੂੰ ਇਹ 6 ਪਾਰਟ ਦਿੱਤੇ ਹਨ ਇਹ 6 ਦੇ 6 ਪਾਰਟ ਨੂੰ ਆਪਾਂ ਸੰਪੂਰਨ ਸੰਖਿਆਵਾਂ ਦੇ ਵਿੱਚ ਲਿਖਣਾ ਹੈ ਤੇ ਸੰਪੂਰਨ ਸੰਖਿਆਵਾਂ ਮੀਨਿੰਗ ਆਪਾਂ ਨੂੰ ਨੰਬਰਸ ਦੇ ਵਿੱਚ ਰਿਪਰੈਜ਼ੈਂਟ ਕਰਨਾ ਹੈ ਕਿ ਉਹ ਨੰਬਰ ਪਲੱਸ ਵਾਲਾ ਹੈ ਜਾਂ ਮਾਈਨਸ ਵਾਲਾ ਹੈ ਤੇ ਫਰਸਟ ਕੁਐਸਚਨ ਦੇਖੋ ਜੀ ਫਰਸਟ ਆਪਣੇ ਕੋ ਹੈ ਜੀ 500 ਰੁਪਏ ਦਾ ਲਾਭ ਤੇ ਲਾਭ ਹਮੇਸ਼ਾ ਕੀ ਹੁੰਦਾ ਹੈ ਪਲੱਸ ਵਿੱਚ 8 ਮੀਨ ਏ ਦਾ ਆਨਸਰ ਆਪਣੇ ਕੋ ਆ ਜਾਏਗਾ ਪਲੱਸ 500 ਜਮਾ ਵਾਲਾ 500 ਆ ਜਾਏਗਾ ਇਸੇ ਤਰ੍ਹਾਂ ਬੀ ਪਾਰਟ ਹੈ ਬੈਂਕ ਖਾਤੇ ਵਿੱਚੋਂ 70 ਰੁਪਏ ਕਢਵਾਉਣਾ ਤੇ ਕਢਵਾਏ ਹਨ ਇਹ ਆਪਣੇ ਕੋ ਪੈਸੇ ਬੈਂਕ ਵਿੱਚ ਘਟ ਜਾਣਗੇ 8 ਮੀਨ ਇਹ ਆਪਣੇ ਕੋ ਮਾਈਨਸ ਵਿੱਚ ਆਏਗਾ ਬੀ ਵਾਲਾ ਪਾਰਟ ਮਾਈਨਸ 70 ਆ ਜਾਏਗਾ ਜੀ ਇਸੇ ਤਰ੍ਹਾਂ ਸੀ ਵਾਲਾ ਪਾਰਟ ਦੇਖੋ ਹਜ਼ਾਰ ਰੁਪਏ ਜਮਾ ਕਰਉਣਾ ਤੇ ਜੇ ਜਮਾ ਕਰਾਏ ਹਨ ਤੇ ਉਹ ਆਪਣੇ ਕੋਲ ਪਲੱਸ ਵਿੱਚ ਆ ਜਾਏਗਾ ਸੀ ਵਾਲਾ 파ਟ ਜੀ ਇਸੇ ਤਰ੍ਹਾਂ ਡੀ 파ਟ ਹੈ ਜੀ 326 BC ਤੇ BC ਆਪਣੇ ਕੋਲ ਆਉਂਦਾ ਹੈ ਜੀ ਮਾਈਨਸ ਵਿੱਚ ਤੇ ਜੇਕਰ ਆਪਣੇ ਕੋਲ ਲਿਖਿਆ ਹੋਵੇ AD ਤੇ AD ਆਉਂਦਾ ਆਪਣੇ ਕੋਲ ਪਲੱਸ ਦੇ ਵਿੱਚ ਇਸੇ ਤਰ੍ਹਾਂ E 파ਟ ਆਪਣੇ ਕੋਲ ਹੈ ਜੀ ਸਮੁੰਦਰ ਤਲ ਤੋਂ 500 ਮੀਟਰ ਹੇਠਾਂ ਹੇਠਾਂ ਮੀਨ نیچے ਵੱਲ ਤੇ نیچے ਵੱਲ ਹਮੇਸ਼ਾ ਕੀ ਆਏਗਾ ਆਪਣੇ ਕੋਲ ਮਾਈਨਸ ਵਾਲਾ ਇਸ ਮੀਨ ਆਂਸਰ ਆ ਜਾਏਗਾ ਮਾਈਨਸ 500 ਤੇ F 파ਟ ਆਪਣੇ ਕੋਲ ਹੈ ਜੀ जीरो डिग्री सैलसीयस तो पच्ची डिग्री उपर तो जो ऊपर वाल है तो प्लस जो नीचे वाल है तो माइनस इट मीन अपने को आ जाएगा उपर वाल है तो प्लस पच्ची आ जाएगा तो आउसू हम सेम क्वेश्चन आप इंग्लिश भी सोल्व कर दे जी हम इंग्लिश क्वेश्चन इस तरह है जी ਰਿਪਰੈਜ਼ੈਂਟ ਦਾ ਸਿਚੁਏਸ਼ਨ ਮੈਂਸ਼ਨਡ ਇਨ ਕੁਐਸਚਨ ਨੰਬਰ 2 ਇਨ ਇੰਟੀਜਰਸ ਜੋ ਵੀ ਆਪਣੇ ਕੋ ਇਹ ਸਿਚੁਏਸ਼ਨਸ ਹਨ ਇਹਨਾਂ ਨੂੰ ਆਪਾਂ ਇੰਟੀਜਰਸ ਵਿੱਚ ਲਿਖਣਾ ਹੈ ਇੰਟੀਜਰ ਮੀਨ ਇਨਰ ਨੰਬਰਸ ਨੂੰ ਆਪਾਂ ਪਲੱਸ ਜਾਂ ਮਾਈਨਸ ਦੀ ਫਾਰਮ ਵਿੱਚ ਲਿਖਣਾ ਇਹ ਸਟੇਟਮੈਂਟ ਦਿੱਤੀ ਹੋਈ ਹੈ ਇਸ ਸਟੇਟਮੈਂਟ ਨੂੰ ਆਪਾਂ ਦੇਖਣਾ ਕਿ ਇਸ ਤੋਂ ਆਪਣੇ ਕੋ ਜੋ ਨੰਬਰ ਹੈ ਉਹ ਪਲੱਸ ਵਿੱਚ ਆ ਰਿਹਾ ਹੈ ਜਾਂ ਮਾਈਨਸ ਵਿੱਚ ਤੇ ਪਹਿਲਾ ਦੇਖੋ ਕੁਐਸਚਨ ਆਪਣੇ ਕੋ ਹੈ ਅ ਪ੍ਰੋਫਿਟ ਆਫ 500 ਤੇ ਪ੍ਰੋਫਿਟ ਹਮੇਸ਼ਾ ਆਪਣੇ ਕੋ ਕੀ ਹੁੰਦਾ ਹੈ ਪਲੱਸ ਦੇ ਵਿੱਚ ਜਮਾ ਦੇ ਵਿੱਚ ਇਟ ਮੀਨ ਇਹ ਪਾਰਟ ਆਪਣੇ ਕੋ ਆ ਜਾਏਗਾ ਪਲੱਸ 500 ਇਸੇ ਤਰ੍ਹਾਂ b ਪਾਰਟ ਦੇਖੋ ਜੀ b ਪਾਰਟ ਹੈ ਆਪਣੇ ਕੋਲ ਅ ਵਿ드ਡਰੋਅਲ ਆਫ ਰੁਪੀ 70 ਫਰੋਮ ਦਾ ਬੈਂਕ ਅਕਾਊਂਟ 70 ਰੁਪਏ ਬੈਂਕ ਅਕਾਊਂਟ ਦੇ ਵਿੱਚੋਂ ਕਢਵਾਏ ਗਏ ਤੇ ਜੇਕਰ ਆਪਾਂ ਕੋ ਕਢਵਾਏ ਗਏ ਹਨ ਤਾਂ ਉਹ ਆਪਣੇ ਕੋ ਆ ਜਾਣਗੇ ਮਾਈਨਸ ਦੇ ਵਿੱਚ ਸੈਕੰਡ ਦਾ ਆਨਸਰ ਆ ਜਾਏਗਾ -70 ਥਰਡ ਆਪਣੇ ਕੋ ਹੈ ਜੀ c ਪਾਰਟ ਅ ਡਿਪੋਜ਼ਿਟ ਆਫ ਰੁਪੀ 1000 1000 ਰੁਪੀ ਡਿਪੋਜ਼ਿਟ ਕਰਵਾਏ ਹਨ ਤੇ ਜੇਕਰ ਡਿਪੋਜ਼ਿਟ ਕਰਵਾਏ ਹਨ ਉਹ ਸਾਨੂੰ ਆਪਣੇ ਕੋ ਆ ਜਾਏਗਾ ਪਲੱਸ ਦੇ ਵਿੱਚ थाउजेंड रुपीज़ प्लस दे आ जाएंगे प्लस वन थाउजेंड इस तरह डी पार्ट है जी अपने को थ्री ट्वेंटी सिक्स बी सी जेकर अपने को बीसी है तो उस अपने को माइनस में आ जाएगा तो जेकर अपने को डी हो विच आएगा माइनस थ्री ट्वेंटी सिक्स आ जाएगा थ्री ट्वेंटी सिक्स बी सी का इस तरह जो ई पार्ट है फाइव हंड्रड मीटर बिलो सी लैवल ਤੇ ਜੇਕਰ ਸੀ ਲੈਵਲ ਦੇ ਬਿਲੋ ਹੈ نیچے ਹੈ ਤਾਂ ਉਹ ਆਪਣੇ ਕੋ ਮਾਈਨਸ ਵਿੱਚ ਆਏਗਾ ਇਟ ਮੀਨ -500 ਆ ਜਾਏਗਾ ਤੇ ਐਫ 파ਟ ਆਪਣੇ ਕੋ ਹੈ ਜੀ 25 ਡਿਗਰੀ ਅਵਰ 0 ਡਿਗਰੀ ਸੈਲਸੀਸ 0 ਡਿਗਰੀ ਸੈਲਸੀਸ ਤੋਂ 25 ਡਿਗਰੀ ਅਵਰ ਤੇ ਜੇ ਅਵਰ ਹੈ ਤੇ ਇਸ ਨੂੰ ਆਪਣੇ ਕੋ ਪਲੱਸ ਵਿੱਚ ਆਏਗਾ ਜੇ ਬਿਲੋ ਹੁੰਦਾ ਤੇ ਆਪਣੇ ਕੋ ਮਾਈਨਸ ਵਿੱਚ ਆਣਾ ਸੀ